ਸਨੀ ਮਾਨ ਗੱਲ ਕਰ ਰਿਹਾ ਜੀ ਆਵਾਜ਼ ਕੌਮ ਟੀਵੀ ਤੋਂ। ਹਾਂਜੀ ਹਾਂਜੀ ਸਨੀ ਜੀ। ਅੱਜ ਤੁਸੀਂ ਆਪਣਾ ਰਾਜਪੁਰ ਦੇ ਵਿੱਚ ਆਏ ਸੀ ਨਾ, ਜਿਹੜਾ ਗੁਲਾਬੀ ਸੁੰਡੀ ਦਾ ਪਰੀਖਣ ਕੀਤਾ ਸੀ, ਨਿਰੀਖਣ ਤੁਸੀਂ। ਹਾਂਜੀ ਹਾਂਜੀ। ਹਾਂ, ਉਹਦੇ ਬਾਰੇ ਜਾਣਕਾਰੀ ਚਾਹੀਦੀ ਸਰ, ਕੀ ਉਹ ਸੈਂਪਲ ਵਗੈਰਾ ਲਿਆ ਗਿਆ ਆ, ਕੀ ਆ ਰਿਹਾ, ਮਤਲਬ ਤੁਹਾਡੀ ਸਮਝ ਦੇ ਮੁਤਾਬਕ ਕੀ ਚੀਜ਼ ਹੈ? ਇਹ ਅਟੈਕ ਹੈਗਾ ਜੀ, ਗੁਲਾਬੀ ਸੁੰਡੀ ਦਾ ਕਾਫੀ ਅਟੈਕ ਹੈ। ਅੱਛਾ ਜੀ। ਪਹਿਲਾਂ ਵੀ ਅਸੀਂ ਲੋਕਾਂ ਨੂੰ ਤਾਂ ਅਸੀਂ ਤਾਂ 2017 ਦੇ ਲੱਗੇ ਆ ਕੈਂਪਾਂ ਦੇ ਵਿੱਚ ਨਾ ਅਵੇਅਰ ਕਰ ਰਹੇ ਹਾਂ ਵੀ ਇਹ ਮਤਲਬ ਜਿਹੜਾ BT ਕਾਟਨ ਹੁੰਦਾ ਹੈ ਜਿਹੜਾ ਜੀ, ਇਹ ਦੋ ਤਰ੍ਹਾਂ ਦੇ BT ਕਾਟਨ ਨੇ, ਇੱਕ ਹੁੰਦਾ ਕ੍ਰਾਈਵਨ AC, ਇੱਕ ਹੁੰਦਾ ਅੱਛਾ, ਕ੍ਰਾਈਵਨ AV। ਠੀਕ ਹੈ ਜੀ। ਜਿਹੜਾ AV ਹੈਗਾ ਇਹ ਮਤਲਬ ਬਾਲ ਵਾਰਮ ਲਈ ਸੀਗਾ, ਓਕੇ ਜੀ। ਤੇ AC ਹੈ ਜਿਹੜਾ ਇਹਨਾਂ ਨੇ ਬ੍ਰੇਕ ਕਰਤਾ। ਅੱਛਾ ਜੀ। ਇਹ ਬ੍ਰੇਕ ਕਿਉਂ ਹੋਇਆ? ਇਹਦਾ ਕਾਰਨ ਇਹ ਸੀ ਜਿਵੇਂ ਆਪਾਂ ਨਰਮਾ ਬੀਜਦੇ ਹੁੰਦੇ ਸੀ ਪਹਿਲਾਂ ਜ਼ਿਮੀਂਦਾਰ, ਜੀ ਜੀ ਤੇ ਉਹ ਦੇਸੀ ਹੁੰਦਾ ਸੀਗਾ। ਜੀ ਤੇ ਹੁਣ ਜਦੋਂ 2006 ਚ BT ਆਇਆ, ਇਹਨਾਂ ਨੇ ਨਾਲ 120 ਗ੍ਰਾਮ ਦੀ ਕੁੜੀ ਦਿੰਦੇ ਹੁੰਦੇ ਸੀ, ਅੱਛਾ ਜੀ। ਤੇ ਉਹ ਕੁੜੀ ਅਲੱਗ ਤੋਂ ਸੀਗੀ, ਮਤਲਬ ਸਾਈਡਾਂ ਦੇ ਬੀਜਣਗੇ। ਓਕੇ ਓਕੇ। ਤੇ ਉਹ ਥੋੜਾ ਜਿਹਾ ਆਪਣੇ ਜ਼ਿਮੀਂਦਾਰ ਭਰਾਵਾਂ ਨੇ ਵੀ ਐਂ ਰੱਖ ਲੈਂਦੇ ਸੀਗੇ, ਠੀਕ ਹੈ ਬੀਜਦੇ ਜੀ। ਨਹੀਂ ਸੀ, ਓਕੇ ਓਕੇ। ਉਹਦੇ ਤੇ ਸੁੰਡੀ ਰਹਿ ਜਾਂਦੀ ਸੀ ਇਹ। ਠੀਕ ਹੈ। ਫਿਰ ਬਾਅਦ ਚੋਂ ਹੁਣ ਇਹ ਉਹ BT ਤੇ ਆਉਂਦੀ ਆਉਂਦੀ ਇਹਦੇ ਤੇ BT ਤੇ ਵੀ ਆਉਣ ਲੱਗ। ਹੁਣ ਅੱਛਾ ਜੀ। ਵੈਸੇ ਇਹ ਕੀ ਹੈ, ਮਿਕਸ ਵੀ ਦੇ ਰਹੇ ਨੇ, ਤਾਂ ਹੀ ਕੰਪਨੀ ਵਾਲੇ ਮਿਕਸ ਕਰਨ ਲੱਗ ਗਏ ਹੁਣ, ਤੇ ਤਾਂ ਕਰਕੇ ਇਹ ਆਊਟਬ੍ਰੇਕ ਹੋ ਗਿਆ। ਹੁਣ ਪਿਛਲੇ ਸਾਲ ਵੀ ਅਟੈਕ ਹੋਇਆ ਸੀ, ਪਿਛਲੇ ਸਾਲ ਥੋੜਾ ਲੇਟ ਸੀਗਾ, ਜੀ ਐਤਕੀ ਹੈ ਐਤਕੀ ਪਹਿਲੀਆਂ ਚ ਆ ਗਿਆ। ਅੱਗੇ ਕੀ ਸੋਲਿਊਸ਼ਨ ਹੋਊਗਾ, ਜਾਂ ਇਹਦਾ ਕੋਈ ਸੈਂਪਲ ਲੈ ਕੇ ਗਏ ਤੁਸੀਂ, ਜਾਂ ਮਤਲਬ ਕਿਸ ਤਰ੍ਹਾਂ ਹੋ ਸਕਦਾ ਅੱਗੇ? ਨਹੀਂ ਸੈਂਪਲ ਇਹਦਾ ਮਤਲਬ ਸੁੰਡੀ ਦਾ ਤਾਂ ਆਪਾਂ ਸੈਂਪਲਿੰਗ ਦਾ ਤਾਂ ਕੁਛ ਨਹੀਂ ਹੈਗਾ, ਇਹਦਾ ਤਾਂ ਬਸ ਕੈਮੀਕਲ ਕੰਟਰੋਲ ਹੀ ਹੈ। ਹੁਣ ਜੀ ਸਪਰੇਹਾਂ ਆਪਾਂ ਇਹ ਯੂਨੀਵਰਸਿਟੀ ਵੀ ਕਈ ਸਿਫਾਰਿਸ਼ ਕਰਦੀ ਹੈ ਸਪਰੇਅ ਮਤਲਬ ਹਨ। ਜਿਹੜਾ ਜਿਹੜਾ ਇਹ ਸਪਰੇਅ ਉਹ ਕਰਿਆ, ਜਿਹੜਾ ਸੁੰਡੀ ਬਣਦੀ ਹੈ ਉਹ ਫੁੱਲ ਹਾਂਜੀ, ਦੇ ਬਿਲਕੁਲ ਵਿੱਚ ਬਣਦੀ ਹੈ, ਉਹਦਾ ਕੀ ਸੋਲਿਊਸ਼ਨ ਹੋ ਸਕਦਾ, ਕਿਉਂਕਿ ਉਹ ਤੱਕ ਸਰ ਕੀਟਨਾਸ਼ਕ ਦਵਾਈ ਵੀ ਨਹੀਂ ਜਾਣੀ ਹੈਗੀ ਅੰਦਰ? ਇਹ ਦੋ ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਤਾਂ ਡਾਇਰੈਕਟ ਕੀਟਨਾਸ਼ਕ ਹੁੰਦਾ ਵੀ ਡਾਇਰੈਕਟ ਜਿਹੜਾ ਮਤਲਬ ਕੀਟ ਦੇ ਉੱਤੇ ਪਵੇ, ਓਕੇ। ਤੇ ਇੱਕ ਹੁੰਦਾ ਸਿਸਟੈਮਿਕ। ਸਿਸਟੈਮਿਕ ਮਤਲਬ ਜਿਹੜਾ ਆਪਾਂ ਪੱਤੇ ਦੇ ਵਿੱਚ ਰਚ ਕੇ ਹਾਂਜੀ ਮਤਲਬ ਪੌਦੇ ਦੇ ਵਿੱਚ ਸਾਰੇ ਘੁੰਮ ਜਾਂਦਾ ਹੈ, ਜੀ ਜੀ ਜਦੋਂ ਮਤਲਬ ਸੁੰਡੀ ਇਹਨੂੰ ਖਾਂਦੀ ਹੈ ਹਾਂਜੀ ਹਾਂਜੀ। ਉਹਦੇ ਅੰਦਰ ਉਦੋਂ ਜਾਂਦਾ ਹੈ, ਉਹਦੇ ਨਾਲ ਪੌਦੇ ਦੇ ਨਾਲ ਰਲ ਕੇ। ਠੀਕ ਹੈ ਠੀਕ ਹੈ ਸਰ। ਤੇ ਇਹਦਾ ਥੋੜਾ ਜਿਹਾ ਇਫੈਕਟ ਕੀ ਹੈ, ਇਹ ਸਿਸਟੈਮਿਕ ਹੈ ਜਿਹੜਾ, ਇਹ ਤਾਂ ਨਾਲ ਦੀ ਨਾਲ ਹੀ ਮਾਰ ਦਿੰਦਾ ਸੁੰਡੀ ਨੂੰ। ਓਕੇ ਇਹ ਕੀ ਹੈ, ਜਿਹੜੇ ਕੰਟੈਕਟ ਹੈ ਜਿਹੜਾ, ਸੋਰੀ, ਜਿਹੜਾ ਜੀ ਸਿਸਟੈਮਿਕ ਹੈ ਹਾਂਜੀ। ਇਹ ਥੋੜਾ ਅਸਰ ਹੌਲੀ ਹੌਲੀ ਦਿਖਾਉਂਦਾ ਹੈਗਾ। ਓਕੇ ਪਹਿਲਾਂ ਓਕੇ ਉਹਨੂੰ ਪੌਦੇ 'ਚ ਰਚੂਗਾ, ਰਚਣ ਤੋਂ ਬਾਅਦ ਫਿਰ ਸੁੰਡੀ ਦੇ ਅੰਦਰ ਜਾਊਗਾ, ਜੀ ਜੀ ਤੇ ਉਦੋਂ ਬਾਅਦ ਸੁੰਡੀ ਪਹਿਲਾਂ ਖਾਣਾ ਹਟ ਜਾਂਦੀ ਹੈ, ਸੁੰਡੀ ਜੀ ਹੋ ਕੇ ਬੈਠੀ ਰਹਿੰਦੀ ਹੈ। ਅੱਜ ਠੀਕ। ਅਸੀਂ ਦੇਖਿਆ ਵੀ ਹੈਗਾ ਫੀਲਡ ਦੇ ਵਿੱਚ ਜਿਨ੍ਹਾਂ ਨੇ ਸਪਰੇਅ ਕਰੀ ਸੀਗੀ, ਹਾਂਜੀ ਹਾਂਜੀ, ਉਹ ਸੁੰਨ ਜੀ ਹੋਈ ਬੈਠੀ ਹੈ, ਜ਼ਿਮੀਂਦਾਰ ਨੂੰ ਇਹ ਆ ਵੀ ਖਨੀ ਇਹ ਮਰੀ ਨਹੀਂ ਹੈਗੀ, ਓਕੇ ਓਕੇ ਓਕੇ। ਇਹ ਸੁੰਨ ਨੂੰ ਪਹਿਲਾਂ ਖਾਣਾ ਛੱਡੂਗੀ, ਫਿਰ ਉਦੋਂ ਬਾਅਦ ਮਤਲਬ ਇਹਦੀ ਡੈਥ ਹੋ ਜਾਣੀ। ਅੱਛਾ, ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਵੀ ਉਹਨਾਂ ਦੇ ਉਹਦੇ ਕੀਟਨਾਸ਼ਕ ਦਵਾਈ ਦਾ ਅਸਰ ਹੋ ਚੁੱਕਿਆ ਹੈ? ਹਾਂਜੀ ਹਾਂਜੀ, ਅਸਰ ਹੋ ਰਿਹਾ ਜੀ ਇਹ ਜੀ ਹੁਣੀ। ਪਰ ਓਕੇ ਐਂ ਵੀ ਕੰਟੈਕਟ ਆਪਾਂ ਕਹਿੰਦੇ ਹੁੰਦੇ ਜਿਵੇਂ ਚਿੱਟੇ ਮੱਛਰ ਤੇ ਛੇਤੀ ਮਤਲਬ ਨਾਲ ਦੀ ਨਾਲ ਚਿੱਟਾ ਮੱਛਰ ਆਪਾਂ ਦਵਾਈ ਕਰਤੀ ਅਗਲੇ ਦਿਨ ਮਰ ਜਾਂਦਾ, ਓਕੇ ਉਹ ਓਕੇ। ਨਹੀਂ ਹੁੰਦਾ। ਸੁੰਡੀ ਦੇ ਕੇਸ ਦੇ ਵਿੱਚ ਇਹੀ ਇਹਦੀ ਮਤਲਬ ਉਹ ਹੈ ਹਾਂਜੀ ਹਾਂਜੀ, ਵੀ ਆਪਾਂ ਨੂੰ ਰਿਜ਼ਲਟ ਹੈ ਜਿਹੜਾ 5ਵੇਂ 6ਵੇਂ ਦਿਨ ਮਤਲਬ ਰਿਜ਼ਲਟ ਹੈ ਦੇਖਣ ਲੱਗਦੇ ਨੇ। ਸਹੀ, ਠੀਕ ਹੈ ਜੀ। ਲਾਸਟ ਸਵਾਲ ਹੈ ਸਰ, ਮੁੱਢੇ ਮੁਤਾਬਕ ਤੁਸੀਂ ਕਿਸਾਨਾਂ ਨੂੰ ਕੀ ਸੁਝਾਅ ਦਿਓਗੇ ਜਿਹੜਾ ਇਸ ਤੋਂ ਮਤਲਬ ਬਚਾ ਲਈ, ਜਾਂ ਕੀ ਕਹਿਣਾ ਬਚਾ? ਚਾਹੁੰਦੇ? ਤਾਂ ਅਸੀਂ ਇਹੀ ਕਹਿੰਦੇ ਹਾਂ ਜੀ, ਪਹਿਲਾਂ ਤਾਂ ਸਰਵੇ ਕਰੋ ਆਪਦੇ ਖੇਤ ਦਾ। ਓਕੇ ਜੀ ਕੁਛ ਦਵਾਈਆਂ ਵਾਲੀਆਂ ਕੰਪਨੀਆਂ ਵਾਲੇ ਵੀ ਜ਼ਿਆਦਾ ਅਫਵਾਹਾਂ ਡਾ ਰਹੇ ਨੇ ਵੀ ਜ਼ਿਆਦਾ ਆ ਗਈ, ਜੀ ਜੀ ਕਈਆਂ ਖੇਤਾਂ 'ਚ ਹੈਗੀ ਆ, ਨੋ ਪ੍ਰੋਬਲਮ ਵੀ ਹੈਗੀ ਹੈ, ਜੀ ਪਰ ਜੀ ਸਭ ਤੋਂ ਪਹਿਲਾਂ ਆਪਣੇ ਖੇਤ ਦਾ ਸਰਵੇ ਜ਼ਰੂਰੀ ਹੈ ਜੀ। ਠੀਕ ਹੈ ਜੀ। ਸਰਵੇ ਦੇ ਮੁਤਾਬਕ ਹੀ ਆਪਾਂ ਪੈਸਟੀਸਾਈਡ ਰਿਕਮੈਂਡੇਸ਼ਨ ਹੈ ਜਿਹੜੀ ਯੂਨੀਵਰਸਿਟੀ ਦੀ, ਉਹਦੇ ਮੁਤਾਬਕ ਸਪਰੇਅ ਕਰੋ ਜੇ ਆਪਣੇ ਸੁੰਡੀ ਆਉਂਦੀ। ਠੀਕ ਹੈ ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਥੈਂਕ ਯੂ।